अगली 14 अगस्त असि भी इथे बह के मजे नाल एंजॉय करांगे। रहीम अस्सलाम वालेकुम। कपड़े खराब कर गई, इस्त्री की तेल सारे वट पाते, थोड़ी बन गई कि टप गई घूम गई। बेगम साहब अग एज जलाई दी है, छापर चुक के थले दियो ते फिर अग लाओ, लकड़ियां दे थले ला के ते फिर लाओ। हां लकड़ियां थले। हां जी ਤੁਹਾਡਾ ਫੇ ਅੱਗ ਚਲਾਈ ਤੁਸੀਂ ਫੇਸ ਹੀ ਆਪਣਾ ਲਾਲ ਕਰ ਲਿਆ ਜੀ। ਹੁਣ ਮੈਂ ਚਲਿਆ ਵਾਂ ਸ਼ਹਿਰ ਨੂੰ। ਅੱਲਾਹੁ ਅਕਬਰ। ਥੱਲੇ ਉਤਰ ਆ, ਇੱਥੋਂ ਬਲਕੀ ਸੜਕ ਸ਼ੁਰੂ ਹੋ ਜਾਂਦੀ ਹੈ ਅਤੇ ਪਿੱਛੇ ਤਾਂ ਸਾਰਾ ਕੱਚਾ ਸੀ। ਸਵੇਰੇ ਸਵੇਰੇ ਮਾਸ਼ਾਅੱਲਾ 8 ਦਾ ਟਾਈਮ ਹੈ, ਹਵਾ ਬੜੀ ਪਿਆਰੀ ਚੱਲ ਰਹੀ। ਭਾਅ ਬੋਲੇ 2 ਕਿਲੋ ਚੀਨੀ ਦੇ ਦਿਓ। ਭੁੱਖ ਲੱਗੀ ਹੈ ਤੂੰ ਉੱਤੇ ਚੜ ਗਈ ਮੇਰੇ। ਮੈਂ ਕਲੇਜੀ ਲੈ ਆਇਆ ਵਾਸਤੇ, ਤੁਸੀਂ ਪਰੇਸ਼ਾਨ ਨਾ ਹੋ ਅਤੇ ਤੂੰ ਵੀ ਪਰੇਸ਼ਾਨ ਨਾ ਹੋ ਮੋਮੋ। ਕਲੇਜੀ ਤੇਰੇ ਵਾਸਤੇ ਲਿਆ, ਉਹ ਮੋਟਰਸਾਈਕਲ ਟੰਗੀ ਉਹ ਮੋਟਰਸਾਈਕਲ ਨਾਲ ਚਾ ਦੇਖੋ ਇਹ ਹੁਣ ਥੱਲੇ ਜਦੋਂ ਢਿੱਡ ਭਰ ਲੈਗੀ ਨਾ ਫਿਰ ਇਹ ਲਾਗੇ ਹੀ ਨਹੀਂ ਆਏਗੀ, ਇਹ ਏਡੀ ਸ਼ਹਿਜ਼ਾਦੀ ਹੈਗੀ। ਆਹ ਦੇਖ देखा मोमो मोमो आ जा, भूख लगी ना इनू हूँ। ए देख नाल 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 कुछ थोड़ी जी रोटी पावे, थोड़ी मैंने रोटी दे। हाँ जी बेगम साहब मोमो की कलेजी बॉयल कर रही हैं। हाँ जी कितनी देर है ये च? बस थोड़ी जी देर मैं कलेजी बॉयल कर लैनी है। अच्छा। बस फिर आपां ना बाद जेड़ा वा बारिश वाला मौसम होया वा ते आपां जेड़ी है ना लकड़ियां वा वो चक के अंदर रख लिए किचन दे विच। ते बह जा ठंडी करके दे। असी जेड़ा दुध है ना अद्धा असी इस्तेमाल करांगे ते अद्धा मोमो वास्ते रखांगे पीण वास्ते। पर असी अज जेड़ा ना 7 दिन बाद जाके दुध लियांता। ਉਹ ਕਿਉਂ ਲਿਆਂਦਾ ਕਿ ਜਿਹੜੀਆਂ ਮੱਝਾਂ ਨਾ ਹੁਣ ਉਹਨਾਂ ਦੇ ਵਿੱਚ ਨਾ ਬਿਮਾਰੀਆਂ ਆ ਗਈਆਂ ਅਤੇ ਅਸੀਂ ਜਿਹੜਾ ਵਾ ਨਾ ਦੁੱਧ ਯਕੀਨ ਵਾਲੇ ਬੰਦੇ ਕੋਲ ਲਿਆਂਦਾ ਐਵੇਂ ਨਹੀਂ ਲਿਆਂਦਾ। ਮੱਝਾਂ 'ਚ ਤਾਂ ਜਿਹੜੀਆਂ ਨਾ ਬਿਮਾਰੀਆਂ ਵਾ ਅਤੇ ਜਿਹੜੇ ਗਾਵਾਂ ਵਾ ਉਹ ਮਿਕਸ ਮੱਝਾਂ ਦਾ ਅਤੇ ਗਾਵਾਂ ਦਾ ਨਾ ਦੁੱਧ ਮਿਕਸ ਕਰ ਦਿੰਦੇ ਆ ਅਤੇ ਵੇਚ ਦਿੰਦੇ ਆ। ਉਹ ਬਿਮਾਰੀਆਂ ਫਿਰ ਘਰਾਂ 'ਚ ਹੀ ਆਉਂਦੀਆਂ, ਫਿਰ ਘਰ 'ਚ ਘਰ ਜਿਹੜੇ ਬਿਮਾਰ ਹੋ ਜਾਂਦੇ ਇਨਸਾਨ ਪੀ ਕੇ ਜਿਹੜਾ ਜਿਹੜਾ ਪੀਂਦਾ ਉਹੀ ਬਿਮਾਰ ਹੁੰਦਾ ਜਾਂਦਾ। ਹੁਣ ਕੀ ਕਰਾਂ, ਹੁਣ ਫਿਰ ਫੂਕਾ ਮਾਰਾਂ। ਕਿਸੇ ਦਾ ਬੱਚਾ ਬੁੱਚਾ ਹੋਇਆ ਤੇ ਢੋਲ ਵਜਾ ਰਹੇ ਨਾ ਵਸਤ। ਜਿਹੜਾ ਪੁਰਾਣਾ ਘਰ ਪਹਿਲੇ ਵਸਦਾ ਹੁੰਦਾ ਸੀਗਾ ਤੇ ਹੁਣ ਉਜਾੜ ਬਣਿਆ ਪਿਆ ਵਾ ਤੇ ਉਹ ਤੁਹਾਨੂੰ ਦਿਖਾਉਂਦੇ ਹਾਂ। ਆਹ ਦੇਖੋ ਬਾਬਾ ਜੀ ਨੇ ਨਾ ਸਰਫ ਟੰਗਿਆ ਹੋਇਆ ਵਾ, ਕੱਪੜੇ ਛੱਪੜੇ ਜਿਹੜੇ ਵੀ ਆਪਣੇ ਧੋ ਧੂ ਲੈਂਦੇ ਖੁਦ ਦਾਤੀ ਸੱਚ ਜਿਹੜੀ ਪੱਠੇ ਵੱਢਣ ਵਾਲੀ ਹੁੰਦੀ ਹੈ। ਅਤੇ ਪੁਰਾਣੇ ਵਕਤਾਂ ਦੀ ਜਿਹੜੀ ਹੈ ਨਾ ਛੱਤੀ ਦੀ ਦੇਖੋ ਕਿੱਦਾਂ ਦੀ ਬਣੀ ਹੋਈ, ਅਤੇ ਵੀ ਜਾਲੇ ਛਾਲੇ ਲੱਗੇ ਹੋਏ ਆ, ਕਾਲੀ ਹੋਈ ਹੈ ਪਰ ਇੰਨੀ ਹੈ ਕਿ ਮਜ਼ਬੂਤ ਬਹੁਤ ਆ, ਕਾਫੀ ਪੁਰਾਣੀ ਹੈ। ਹੁਣ ਜਿਹੜਾ ਨਾ ਬਾਬੇ ਦਾ ਕਮਰਾ ਇਹਦੇ ਦਰਵਾਜ਼ਾ ਜਿਹੜਾ ਬੰਦ ਕਰ ਦਿੰਦੇ ਹਾਂ। ਅੱਗੇ ਇੱਟ ਲੱਗੀ ਹੋਈ ਸੀਗੀ ਅਤੇ ਇੱਟ ਹੁਣ ਦੁਬਾਰਾ ਸਹੀ ਕਰਕੇ ਲਾ ਦਿੰਦੇ ਹਾਂ ਤਾਂ ਕਿ ਦਰਵਾਜ਼ਾ ਖੁੱਲ੍ਹੇ ਨਾ। ਅਤੇ ਆਹ ਦਰਵਾਜ਼ਾ ਵਾ ਅਤੇ ਇੱਧਰ ਦੇਖੋ ਚਾਰਪਾਈ ਜਿਹੜੀ ਬਾਬੇ ਦੀ ਟੁੱਟੀ ਹੋਈ ਆ ਅਤੇ ਉਹਨਾਂ ਨੇ ਬਾਈ ਦੇ ਥੱਲੇ ਰੱਖਿਆ ਹੋਇਆ ਵਾ ਮੂਰਾ, ਇਹਨੂੰ ਮੂਰਾ ਹੀ ਕਹਿੰਦੇ ਮੈਨੂੰ ਤਾਂ ਲੱਗਦਾ। ਅਤੇ ਇੱਟ ਰੱਖੀ ਹੋਈ ਮੂਰੇ ਦੇ ਉੱਤੇ ਅਤੇ ਉੱਤੇ ਫਿਰ ਆਹ ਮੰਜੀ ਰੱਖੀ ਹੈ ਅਤੇ ਮੰਜੀ ਦੇ ਪਾਵੇ ਵੀ ਟੁੱਟੇ ਆ ਅਤੇ ਉਹ ਰੱਸੀ ਨਾਲ ਬੰਨੇ ਹੋਏ ਆ, ਜਿੱਥੇ ਕਿ ਮਾਲ ਡੰਗਰ ਬੰਨਦੇ ਆ ਉਹ ਸੀ।
पहले बाबा हुण दसदे सीगे कहिंदे सी आ सारा जिहड़ा ना माल दे नाल भरिया होया सीगा जदों दा मैं मजदूर होया मेरी बीवी मर गई आ उदों दा हर चीज़ उजाड़ बन गई। आ देखो इत्थों शुरू हुंदा आ दरवाजे दरवाजे दे कोल जिहड़ा वा टुट्टा होया वा एक आ छपरा वा तीन यानी टोटल छपरे आ ते आ दरवाजा वा ते आ हैगी आ बाबे दी कुर्सी ते हुण इह भी टुट्टी भज्जी पई है। ओ बाबा बैठे आ जिंदे कोल असीं आंदे आ ते आउंदा डेरा वा देखो बेचारा मजदूर आ जिहड़ा अगे स्टैंड जिहा पिया ना इहदे नाल बेचारा तुरदा रोटी पानी इहदा भाई भरा दे की जांदा वा इत्थे बस गुजारदा अपना फटे ते या फिर आ इक चारपाई है ते इक इह चारपाई सही है ते इक अंदर टुट्टी हुई है। ਆ ਪਰਿੰਦਾ ਜਿਹੜਾ ਨਾ ਇਹਨੂੰ ਅਸੀਂ ਬਚਪਨ ਵਿੱਚ ਸਹੀੜ ਕਹਿੰਦੇ ਸੀ ਸਹੀੜ ਤੇ ਹੁਣ ਪਤਾ ਨਹੀਂ ਹੁਣ ਪਤਾ ਨਹੀਂ ਇਸ ਪਰਿੰਦੇ ਦਾ ਨਾਂ ਕੀ ਹੈ ਤੁਹਾਨੂੰ ਪਤਾ ਹੋਵੇ ਦੱਸਿਆ ਜੇ ਇਹ ਕਿਹੜਾ ਪਰਿੰਦਾ ਆ ਹੈਗਾ ਖੂਬਸੂਰਤ ਸੀਨ ਤੇ ਮੈਂ ਕਿਹਾ ਤੇ ਭੈਣ ਭਰਾ ਨੂੰ ਸ਼ੇਅਰ ਕਰੀਏ ਤੇ ਦੇਖ ਲੈ ਇੰਨੇ ਮਜ਼ੇ ਦੀ ਇੱਕ ਤੇ ਸਬਜ਼ਾ ਇੱਥੇ ਇੱਕ ਤੇ ਖਾਲੇ ਚ ਪਾਣੀ ਹਲਕਾ ਹਲਕਾ ਤੇ ਕੱਤੀ ਇਹ ਹਵਾ ਚੱਲਦੀ ਹੈ ਤੇ ਖੂਬਸੂਰਤ ਤੇ ਚਾਰਪਾਈ ਦੇਖੋ ਅਸੀਂ ਇੱਥੇ ਗਰਮੀਆਂ ਨੂੰ ਵੀ ਆਉਂਦੇ ਹਾਂ ਤੇ ਸਰਦੀਆਂ ਨੂੰ ਵੀ ਜਦੋਂ ਸਾਡਾ ਦਿਲ ਕਰਦਾ ਅਸੀਂ ਇੱਥੇ ਆਉਂਦੇ ਹਾਂ ਤੇ ਬਹਿੰਦੇ ਸੀ ਕਿ ਫਿਰ ਉਹਦੇ ਭੈਣ ਭਰਾ ਉਹਨਾਂ ਨੇ ਅਸੀਂ ਸ਼ੇਅਰ ਕੀਤਾ ਜਾ ਜਦੋਂ ਸ਼ੋਰ ਸ਼ਰਾਬੇ ਚੋਂ ਦਿਲ ਚਿੜਚਿੜਾ ਬਣ ਗਿਆ ਹੋਵੇ ਨਾ ਬੰਦੇ ਦਾ ਤੇ ਬੰਦਾ ਖਮੋਸ਼ੀ ਚ ਜਗ੍ਹਾ ਤੇ ਬੈਠਣਾ ਚਾਹੇ ਇੱਥੇ ਆ ਜਾਵੇ ਨਾਲੇ ਦੇਸੀ ਤੇ ਖੂਬਸੂਰਤ ਸੀਨ ਵੀ ਲਵੇ ਕਪਾਸ ਜਿਹੜੀ ਹੈ ਨਾ ਅਜੇ ਉੱਦਾਂ ਹੀ ਆ ਤੇ ਪਰ ਜਿਹੜੀ ਨਾ ਇਹਦੀ ਕਪਾਹ ਦੀ ਫਸਲ ਜਿਹੜੀ ਆ ਇੰਨੀ ਨਹੀਂ ਹੈਗੀ ਬਸ ਗੁਜ਼ਾਰਾ ਹੀ ਆ ਬਹੁਤ ਥੋੜ੍ਹੀ ਜਿਹੜੀ ਹੈ ਨਾ ਕਪਾਹ ਵਾ ਹੋਈ ਹੈ ਚੁੱਲ੍ਹਾ ਨਾ ਉਹ ਬਾਹਰ ਅਸੀਂ ਹੁੰਦੇ ਤੇ ਰੋਟੀ ਛੋਟੀ ਨਹੀਂ ਪਕਾ ਸਕਦੇ ਹੁਣ ਅਸੀਂ ਉਹਨੂੰ ਅੰਦਰ ਬਰਾਂਦੇ 'ਚ ਰੱਖਾਂਗੇ ਅਤੇ ਫਿਰ ਸ਼ਾਮ ਦੀ ਰੋਟੀ ਦਾ ਬੰਦੋਬਸਤ ਕਰਾਂਗੇ ਕਿਉਂਕਿ ਅੱਲਾ ਦੀ ਰਹਿਮਤ ਹੋ ਰਹੀ ਹੈ ਮੋਮੋ ਆਪਣੀ ਮਸਤੀਆਂ 'ਚ ਲੱਗੀ ਹੋਈ ਆ ਆਹ ਭੱਜ ਭੱਜ ਕੇ ਇੱਧੇ ਉੱਧੇ ਜਾਂਦੀ ਹਾਂ ਅਤੇ ਤੂੰ ਵੀ ਅੱਲਾ ਅੱਲਾ ਕਰ ਲੈ ਬੇਗਮ ਸਾਹਿਬ ਅੰਦਰ ਅੱਲਾ ਅੱਲਾ ਕਰ ਕਿ ਤੂੰ ਵੀ ਅੱਲਾ ਅੱਲਾ ਕਰ ਲੈ ਅੱਲਾ ਦੀ ਬੰਦੀ ਇਹ ਮਸਤੀਆਂ ਤੇ ਲੜੀਆਂ ਹੋਈਆਂ ਹੈ ਮਾਮਾ ਹੁਣ ਤਾਂ ਜੀ ਬਾਰਿਸ਼ ਸ਼ੁਰੂ ਹੋ ਗਈ ਹੈ ਚੁੱਲ੍ਹਾ ਸਾਡਾ ਸਵਾਹ ਜਿਹੜੀ ਆ ਉਹ ਚੁੱਲ੍ਹਾ ਵੀ ਗਿੱਲਾ ਹੋ ਗਿਆ ਵਾ ਇੰਨਾ ਸ਼ੁਕਰ ਹੈ ਕਿ ਮੈਂ ਜਿਹੜਾ ਬਾਲਣ ਆ ਨਾ ਉਹ ਚੁੱਕ ਕੇ ਰੱਖ ਲਿਆ ਸੀ ਨਹੀਂ ਤੇ ਉਹ ਵੀ ਗਿੱਲਾ ਹੋ ਜਾਣਾ ਸੀਗਾ ਤੇ ਫਿਰ ਅਸੀਂ ਬੈਠੇ ਰਹਿਣਾ ਸੀ ਤੇ ਜਿਹੜਾ ਆਲਾ ਵਾਲਣ ਇਹ ਤਾਂ ਹੋ ਗਿਆ ਗਿੱਲਾ ਜਿਹੜਾ ਅੰਦਰ ਪਿਆ ਨਾ ਉਹ ਬਾਲਣ ਬਾਲ ਕੇ ਤੇ ਰੋਟੀ ਬਣਾਵਾਂਗੇ ਤੁਹਾਡਾ ਇਹੀ ਵਲੋਗ ਸੀ ਮੇਰੇ ਭੈਣ ਭਰਾ ਪਸੰਦ ਆਇਆ ਤੇ ਸਾਡੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਔਰ ਸਬਸਕ੍ਰਾਈਬ ਕਰਿਓ ਔਰ ਆਪਣੀ ਫੈਮਿਲੀ ਜ਼ਰੂਰ ਸ਼ੇਅਰ ਕਰਿਓ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਆਬਾਦ ਰੱਖੇ ਖੁਦਾ ਹਾਫਿਜ਼।